தைரியம். ਕੱਢੋ ਘਰਦਿਆਂ ਨੂੰ ਬਾਹਰ, ਸਾਲੇ ਜਵਾਈਆਂ ਨੂੰ ਘਰੇ ਸੌਂਦੇ ਆ, ਕੱਢੋ ਇਹਨਾਂ ਨੂੰ ਬਾਹਰ, ਅੱਜ ਕਰੀਏ ਇਹਨਾਂ ਦੀ ਨਸਲ ਬਦਲੀ। ਕਿਉਂ, ਇਹਦੇ ਹੱਥ ਮਾੜੇ ਲੱਗਦੇ ਆ ਤੇ ਉਹਨਾਂ ਦੇ ਹੱਥ ਚੰਗੇ ਲੱਗਦੇ ਆ। ਰਾਮ ਚੜਿਆ, ਉਹ ਤੁਹਾਡੇ ਵਰਗੇ ਕੰਜਰ ਨਹੀਂ, ਉਹ ਤਾਂ ਧੀਆਂ ਭੈਣਾਂ ਦੀ ਰਾਖੀ ਕਰਦੇ ਨੇ। ਸਾਲੀ ਤਰਫਦਾਰੀ ਕਰਦੀ ਆ ਉਹਨਾਂ ਦੀ। ਲੈ ਕੇ ਆਓ ਮੁੰਡੇ ਮੇਰੇ ਪਿੱਛੇ ਇਹਨੂੰ, ਛੇਤੀ ਕਰੋ। ਏ ਹੁਣ ਹੋਊ ਇਹਨਾਂ ਦੀ ਨਸਲ ਬਦਲੀ। ਨਾਲੇ ਕਹਿ ਦਿਓ ਆਪਣੇ ਦਗੜਿਆਂ ਨੂੰ, ਜਿੱਦਣ ਮੇਰੇ ਹੱਥੇ ਚੜ ਗਏ ਨਾ, ਉਦਣ ਦੇਖੂ ਉਹਨਾਂ ਦੀ ਸੂਰਮਗਤੀ ਨੂੰ। ਜੇਕਰ ਤੁਸੀਂ ਜਵਾਈਆਂ ਦੀ ਮਦਦ ਇਸੇ ਤਰ੍ਹਾਂ ਕਰਦੇ ਰਹੇ ਨਾ, ਤਾਂ ਸਾਰਿਆਂ ਨੂੰ ਮਾਰ ਮਾਰ ਕੇ ਵਿਆਹ 'ਚ ਰੋੜ ਦੂੰ। ਚਲੋ ਮੁੰਡਿਓ, ਬਾਬਾ ਜੀ ਤੁਸੀਂ। ਵਾਹਿਗੁਰੂ ਜੀ ਕੀ ਫਤਿਹ। ਲਿਆਓ ਇਹਨਾਂ ਨੂੰ ਅੰਦਰ। ਸਰਦਾਰੋ, ਅਸੀਂ ਤਾਂ ਗੁਰੂ ਘਰ ਤੇ ਜ਼ਕੀਰ ਰੱਖਣ ਵਾਲੇ ਹਾਂ। ਦੇਵੀ ਦੀ ਸਹੁੰ, ਅਸੀਂ ਤੁਹਾਡੇ ਬਾਰੇ ਕਿਸੇ ਨੂੰ ਨਹੀਂ ਦੱਸਿਆ, ਅਸੀਂ ਤਾਂ ਪਹਿਲੇ ਹੀ ਉਜੜ ਗਏ ਹਾਂ। ਤੁਸੀਂ ਲਾਲਾ ਜੀ ਫਿਕਰ ਨਾ ਕਰੋ, ਤੁਹਾਡੇ ਨਾਲ ਪੂਰਾ ਨਿਆਂ ਹੋਏਗਾ। ਸਾਨੂੰ ਹਾਈ ਕਮਾਂਡ ਨੇ ਭੇਜਿਆ ਹਕੀਕਤ ਦਾ ਪੂਰਾ ਜਾਇਜ਼ਾ ਲੈਣ ਲਈ। ਓਏ ਭਰਾਵੋ, ਨਿਆਂ ਤਾਂ ਲੱਗਦਾ ਰੱਬ ਦੇ ਘਰੋਂ ਗੁਆਚ ਹੀ ਗਿਆ। ਅਸੀਂ ਪਿੰਡ ਛੱਡ ਕੇ ਚਲੇ ਜਾਵਾਂਗੇ, ਤੁਸੀਂ ਸਾਡੀ ਜਾਨ ਬਖਸ਼ ਦਿਓ। ਉਹ ਵੀ ਆਪਣੇ ਆਪ ਨੂੰ ਗੰਗਾ ਸਿੰਘ ਹੀ ਕਹਿੰਦਾ ਸੀ। ਮੈਂ ਆਪਣੀ ਪੱਗ ਤੁਹਾਡੇ ਪੈਰਾਂ ਵਿੱਚ ਰੱਖਦਾ ਹਾਂ। ਲਾਲਾ ਜੀ, ਤੁਸੀਂ ਆਹ ਕੀ ਕਰ ਰਹੇ ਹੋ? ਸਾਡੇ ਤੇ ਇੰਨਾ ਭਾਰ ਨਾ ਚੜਾਓ। ਪਿਤਾ ਜੀ, ਇਹ ਗੁਰੂ ਦਾ ਸਿੱਖ ਨਹੀਂ, ਰਾਕਸ਼ਸ ਨੇ ਰਾਕਸ਼ਸ। ਲੋ ਕੁੱਤੇ, ਮਿਟਾਓ ਆਪਣੀ ਭੁੱਖ। ਹਾਏ ਮੇਰੀ ਭੈਣੇ, ਆਹ ਕੀ ਕੀਤਾ? ਦੇਖ ਮੇਰੀ ਭੈਣੇ, ਇਸ ਇਲਾਕੇ ਦੇ ਸਾਰੇ ਸਿੰਘ ਤੇਰੇ ਸਾਹਮਣੇ ਖੜੇ ਨੇ। ਤੂੰ ਦੋਸ਼ੀ ਪਹਿਚਾਣ ਕੇ ਆਪ ਗੋਲੀ ਮਾਰ ਸਕਦੀ ਹੈ। ਵੀਰ ਜੀ, ਉਹ ਆਪਣੇ ਆਪ ਨੂੰ ਗੰਗਾ ਸਿੰਘ ਕਹਿੰਦਾ ਸੀ। ਸਾਰੇ ਸਿੰਘ ਇੱਕ ਲਾਈਨ ਵਿੱਚ ਖੜੇ ਹੋ ਜਾਣ। ਭੈਣੇ ਤੈਨੂੰ ਪੂਰੀ ਛੂਟ ਹੈ, ਕਿਸੇ ਕੋਲੋਂ ਡਰੀ ਨਾ। ਵੀਰ ਜੀ, ਇਹਨਾਂ ਵਿੱਚੋਂ ਕੋਈ ਨਹੀਂ ਹੈ। ਭੈਣੇ, ਮੇਰਾ ਨਾਂ ਗੰਗਾ ਸਿੰਘ ਹੈ। ਮੈਂ ਸੱਚ ਪਿਆ ਕਹਿਣਾ ਵਾ, ਮੈਂ ਇਸ ਪਿੰਡ ਵਿੱਚ ਕਦੇ ਠਹਿਰਿਆ ਨਹੀਂ। ਉਹ ਪਿੰਡ ਵਿੱਚੋਂ ਲੰਘਿਆ ਜ਼ਰੂਰ ਸਾਂ। ਮੇਰਾ ਨਾਂ ਲੈ ਕੇ ਗੰਦ ਪਾਉਣ ਵਾਲੇ ਹਰਾਮ ਜਾਦੇ ਤੇਰੇ ਨਹੀਂ, ਸਗੋਂ ਮੇਰੇ ਅਤੇ ਸਾਰੇ ਪੰਥ ਦੇ ਦੋਸ਼ੀ ਨੇ। ਮੈਂ ਉਹਨਾਂ ਹਰਾਮ ਜਾਦੇ ਨੂੰ ਐਸੀ ਸਜ਼ਾ ਦਾਂਗਾ ਕਿ ਮੌਤ ਵੀ ਕੰਮ ਉੱਠੇ। ਨਾ ਵੀਰਾ, ਐ ਨਾ ਕਰ, ਤੇਰੇ ਵਰਗੀ ਤਾਂ ਉਹਨਾਂ ਦੀ ਦਿੱਖ ਵੀ ਨਹੀਂ ਸੀ, ਉਹ ਤਾਂ ਮੋਨੇ ਸੀ। ਲਾਲਾ ਜੀ, ਤੁਸੀਂ ਫਿਕਰ ਨਾ ਕਰੋ, ਜਿੰਨਾ ਤੱਕ ਅਸੀਂ ਉਹਨਾਂ ਨੂੰ ਸੌਦਾ ਨਹੀਂ ਲਾ ਦਿੰਦੇ, ਸਾਡਾ ਖਾਣਾ ਪੀਣਾ ਹਰਾਮ। ਹਾਂ ਬਈ, ਬਾਕੀ ਸਿੰਘ ਜਾਓ ਤੇ ਗੰਗਾ ਸਿੰਘ ਸਾਡੇ ਨਾਲ ਜਾਏ। ਲਾਲਾ, ਕਿੱਥੇ ਹੈ ਤੇਰੀ ਛੋਕਰੀ? ਅੰਦਰ ਬੈਠਿਆ ਜੀ। ਜਿਹਨੇ ਲਾਲ ਪਰੀ ਨਾ ਪੀਤੀ। ਓਏ ਮੈਂ ਗੰਗਾ ਸਿੰਘ, ਕੌਣ ਰੋਕੂ ਮੈਨੂੰ? ਜੇ ਤੂੰ ਗੰਗਾ ਸਿੰਘ ਹੈ, ਇਹ ਤਾਂ ਤੇਰਾ ਚੀਚਾ ਕੌਣ ਹੈ? ਸਿੰਘ ਕਰਨਾ ਇੱਧਰ ਦਿਓ। ਓਏ, ਫੇਰ ਕਰਵਾਉਣੇ ਤੁਹਾਨੂੰ ਕੁੜੀ ਦੇ ਦਰਸ਼ਨ। ਚਲੋ ਬਾਹਰ, ਓਏ ਚਾਟਾ ਛਕਾਈਏ ਤੁਹਾਨੂੰ। ਪਾਪਾ ਜੀ, ਗੋਲੀ ਨਾ ਮਾਰਿਓ, ਖੜੋ ਇੱਥੇ। ਓਏ ਬਲਾ, ਤੇਰੇ ਬਾਕੀ ਸਾਥੀ ਕਿੱਥੇ ਨੇ? ਇਹ ਹੁਸ਼ਿਆਰੀ ਕੀਤੀ ਨਾ, ਵੇਖ ਲਈ ਫਿਰ। ਬੇਅੰਤ,
अंदर आ जाओ। गंगा सिंह शर्मे दे कैट ने जीता ते बिल्ला थोड़ी मां नू हराम जाओ गंदे आ दियो मेरा नाम लाके गंद पौधे सी मारता पापा जी। अच्छा ता ए सी जानवर खड़ जा थोनू ता मैं दसदा जयकारा लगावे निहाल हो जावे पापी दोषां नू सोधा लावे कलगियां वाले पाशा दे मन नू भावे बोलो सत श्री अकाल। हाय खालसा जी मारता हाय पापा जी मारता पापा जी पापा जी हाय खालसा जी मारता होर ना मारो पापा जी हाय पापा जी माफ कर दियो हाय पापा जी हुण गलती नहीं हुंदी साडे तों। क्यों पुत सेक लगदा आ तोफखाना उच्चा कर राम दिया हाले तो ट्रायल सी अगे अगे देख हुंदा की है हुण दस हराम जादिया तेनू भेजा किसने आ। वीर जी यही सी जो अपने आप नू गंगा सिंह कहंदा सी ते उच्ची उच्ची हसदा सी कंजर दिया बिया हुण उच्ची उच्ची हस। पापा जी भाई साहब लियाओ अंदरों मिर्चां दी लप ते पाईए इहदे सुरमा चल ओए चक लत्तां मारता ओए हाए कोई तां बचाओ मारता ओए हाए मारता आ मारता हाए मारता ओए मारता बचाओ कोई। बाबा जी असी पापियां असी तां खालसो लालच ते बस पै के इह जे माड़े कारे कीते बाबा जी असी SSP राम जी दे कैट हां बाबा जी असी हुण SSP शर्मे दे अंडर कम करदे हां उसने साथों कई माड़े कारे करवाए उसने साथों भाई संतोख सिंह दे पिता दा कतल करवाया बाबा जी सानू माफ कर दियो। असी जिथे जाने सानू बलात्कार करन नू कहा जांदा हुण तां बाबा जी पंजाब पुलिस दे मुलाजमां दे परिवारां नू खाड़कुआं दे नां ते मारन नू कहा जांदा। SP शमशेर सिंह दे भरा भरजाई भी असी मारे सी शर्मे ने तां शमशेर सिंह नू मारन लई कहा सी पर सानू मौका नहीं मिलिया। पर शर्मे ने शमशेर सिंह नू मारन लई क्यों कहा वो तां आप पंजाब पुलिस दा SP आ। बाबे ओ एक तां शमशेर सिंह हमेशा खाड़कुआं दे पक्क दी गल करदा है ते दूजा शमशेर सिंह दी पत्नी ते शर्मे दी अख है। बाबे ओ शर्मा तां हुण कैट बिहारियां ते मराठियां नू वी रख रिहा है ते कहिंदा है वध तों वध बलात्कार करो। बाबा जी सानू माफ कर दिओ असी तां दुश्मनां दे आखे लग के तियां पैनां नाल खे खाधी। बेशक तुसी सच पे आखदे जी तुहानू पछतावा वी है पर तुसी कर ऐसा कीता है जो साढ़े लिए कौम लिए बेहद शर्मनाक है। तुसी साढ़े नहीं साढ़े भैन के भी दोषी है इसलिए फैसला भी साड़ी भैन ही करेगी। आले पहने फर रिवाल्वर चाहे बख्श दे ते चाहे गड्डी चाड़ दे। जनाब आरो बार हुण दरता नूं हवालात विच बंद। वैसे जनाब है कौन तेरी भैन दा खसम संतोख सिंह डिप्टी चीफ बबर खालसा इंटरनेशनल। मैनू की पता है सर ये की बला है मैनू आज ही शक दे धार ते फड़ के ले आया। आहो तेनू उदो पता लगदा जो सारे थाने दा असरा लेके तेरे टूए च दे के डांग नस जांदा। हुण सुन ध्यान नाल मैं जाना वड्डे साहब कोल ते तू मेरी गिरफ्तारी ना पाई शायद इहनू रोपड़ भेजना पवे। रोपड़ भेजना है तेरे प्यो दा राजा अमन जी आ भाई साहब की गिरफ्तारी अरे ब्लाह प्रेस वालों नु मैं देखदा किद्दां भेजदे रोपड़ इह। जी जनाब मैं हुणी काढ़दा पैंदणी दिया मैं तेरे वर्गा कसाई नहीं कि मावां दे पुत मरवा के उहदे नाल कहिंदा भागी बन जावां।